ਜਾਨੂ ਮੈਂ ਦੁਬਈ ਚੱਲੀ ਆ ਤੇ ਜਾ ਮੈਂ ਕਿਹੜੇ ਤਨ ਡੰਗਾ ਦਿੱਤੀ ਖਲਾਂ ਮੈਂ ਤੇ ਤੂੰ ਪੁੱਛਣ ਵੀ ਤੈਨੂੰ ਦੱਸਣ ਆਈ ਆ ਤੇ ਚਲੋ ਕੋਈ ਪੁੱਛਣੀ ਆ ਗੱਲ ਇਹ ਤੋ ਵੀ ਪੁੱਛ ਲੈ ਹਲਾ ਤੂੰ ਦੱਸ ਮੈਂ ਬਹਿਰੀ ਜਾ ਤੇ ਜਾਵਾਂ ਜਾਂ ਹਵਾਈ ਜਾ ਤੇ ਜਾਵਾਂ ਕੋਸ਼ਿਸ਼ ਕਰ ਤੂੰ ਬਹਿਰੀ ਜਾ ਤੇ ਜਾ ਕਿਉਂ ਕਿਉਂਕਿ ਹਰ ਦੂਜੇ ਦਿੜੇ ਖਬਰ ਆ ਰਹੀ ਬ ਬਹਿਰੀ ਜਾ ਡੋਬ ਰਹੇ ਹਾਂ ਹੋਏ ਹੋਏ ਮੈਂ ਡੋਬ ਕੇ ਮਰ ਜਾਵਾਂ ਹੈ ਤਾਂ ਕੋਸ਼ਿਸ਼ ਤਾਂ ਮੈਂ ਬਹਿਰੀ ਜਾ ਸਕਦਾ ਨੂੰ ਤੂੰ ਦੱਸ ਮਮੇ ਨਾ ਯਾ ਲੈ ਯਟੇ ਕੇ ਬਾਰਿਸ਼ ਦੇ ਯਾ ਥੂਪ ਛਾੜ ਦੇ ਆ ਤੇ ਕਣ ਬੇੜੀ ਤੇ ਲਾਤਾਂ ਬੰਨਨੀ ਪਈ ਹੋਵੇ ਤੂੰ ਏਥੇ ਕਿ ਬਿਕਰਨੀ ਸਕਾਫ ਸਵੇਂਦੀ ਪਈ ਆ ਇਸ ਸਕਾਫ ਤੇਰਾ ਹਾਂ ਐਨ ਕਰੀ ਹਾਏ ਤੇਰੇ ਹੀ ਏ ਪਰਨ ਤਫਾ ਇੱਕੀ ਸੇ ਜਨਾਨਾ ਦੁਕਾਨ ਤੇ ਜਾਵੇਂ ਆਖੇ ਮਰਦਾਨਾ ਦੁਕਾਨ ਤੇ ਕੀ ਕਰਨ ਆਈ ਤੂੰ ਜਿਹੜਾ ਸਵਾਦ ਇੱਥੇ ਓਥੇ ਤੇ ਨਹੀਂ ਨਾ ਹਾਂ ਨਹੀਂ ਜਿਹੜੀ ਇੱਥੇ ਮਹਿਕ ਮਲਕ ਨੱਚਦੀ ਪਈ ਇਹ ਆਚਾ ਠੱਡੀ ਨਹੀਂ ਹੁੰਦੀ ਪਈ ਏ ਮਾਏ ਬਾਬਾ ਜੀ ਚਲੋ ਕੋਈ ਨਹੀਂ ਘੋਟੇ ਦਾ ਵੀ ਭਰ ਲੈਨੇ ਆ ਬਾਹਰ ਤੋਂ ਅੱਗੇ ਆਕੜੇ ਹੋਆ ਥੋੜੇ ਜੰਦਰੂ ਵੀ ਆਕੜ ਵੀ ਸਾਂਗੇ ਜਾਨੂੰ ਉਹ ਕਿਵੇਂ ਇਸ਼ਾ ਵਰਈ ਇਹਦੇ ਨਾਲ ਕੀ ਕਰ ਦੇਣਾ ਹਜ਼ਾਰ ਰਸੂਰ ਦੀ 1500 ਸਿਲਾਈ ਜਿਸ ਤੇ ਮੰਗਦੇ ਨਾ ਉਸ ਟਾਈਮ ਜਿਹੜਾ ਗਾਹ ਬੇਹੋਸ਼ ਨਹੀਂ ਹੋਵਿੰਦਾ ਇਹ ਸ਼ਾਵਰ ਮਾਰ ਕੇ ਉਹਨੂੰ ਵਾਤ ਹੋਸ਼ ਦੇਵਿੰਦੇ ਨਹੀਂ ਇਹ ਕਰਕੇ ਕਾ ਬੜੇ ਘਰ ਨਾਲ ਵੇਤਾ ਪਿਆ ਅੱਲਨ ਹਜ਼ਰ ਨਜ਼ਰ ਰੱਖ ਕੇ ਸੱਚੀ ਗੱਲ ਦੱਸੇ ਸੰਗਿਆ ਜੀ ਪੁੱਛੋ ਆ ਸੂਈ ਧਾਗਾ ਆਪ ਪਾਈ ਯਕੀ ਸਿਕੋਲ ਪਵਾਏ ਦੱਸੋ ਫੋਨ ਕਰ ਨਾ ਗੁੰਦਲ ਆ ਲੋ ਉਹ ਦਿਨ ਜੀ ਕਾਲ ਆ ਗਈ ਉਹ ਸਾਡੇ ਨਾਲ ਵੀ ਕਾਲ ਆ ਹਲੋ ਹੈਲੋ ਹੈਲੋ ਦੋਰਾਗਾ ਭੋਕ ਵੀ ਮੈਂ ਜੀ ਰੋਟੀ ਖਾਂਦਾ ਪਿਆ ਉਹ ਮੈਂ ਆਇਆ ਸੀ ਦਰਜੀ ਦੀ ਦੁਕਾਨ ਤੇ ਬੈਠਿਆ ਤਾਂ ਇੱਕ ਸੂਟ ਤੇ ਆਪਣਾ ਹੋਰ ਕੀ ਲੈਣਾ ਹੈ ਇੱਕ ਸੂਟ ਆਖਿਆ ਤੇ ਇੱਕ ਨਨ ਜੁੱਤੀ ਤਾਂ ਲੈਣੀ ਜੁੱਤੀ ਦਾ ਕਿਹ ਨੰਬਰ ਹੈ ਨੰਬਰ 14 ਕਿਤਨਾ 14 ਇਹ ਆਪਣਾ ਪੈ ਰਹੀ ਆ ਕਿਸੇ ਹੁੱਠੇ ਦਾ ਡੜ ਦਰ ਬੰਦੇ ਦਾ ਪੁੱਤਰ ਵਾਣੋ ਹਲਾ ਤੇ ਕਪੜਾ ਕਪੜਾ ਜਿਹੜਾ ਆਮ ਸਿਲਾਈ ਦੋਂਦਾ ਉਹ ਹੀ ਲੈਣੀ ਹੋਰ ਕਿਹੜਾ ਤਰਪਾਲ ਲੈਣੀ ਹੈ ਚਲ ਠੀਕ ਵਾਜੇ ਸਾਡੇ ਅਕਲ ਵਿੱਚ ਹੁੰਦਾ ਅਸਾਂ ਵਤੋਂ ਮੇਚਾ ਦੇਣੇ ਆ ਤੁਹਾਡਾ ਕੱਟੋ ਫੋਨ ਅੱਛਾ ਸਾਡਾ ਇੱਕ ਵੀਰ ਏ ਤੇ ਮਾਸ਼ਾਅੱਲਾ ਚੰਗਾ ਕਾਦਾਵਰ ਉਹਦਾ ਸੂਟ ਸਿਵਾਉਣਾ ਕਿਤਨਾ ਬਾਜ਼ੂ ਰੱਖਣਾ ਬਾਜ਼ੂ ਉਹਦਾ ਡੇਢ ਗਾਜ਼ ਹੂੰ ਡੇਢ ਗਾਜ਼ ਦੋ ਹਾਂ ਮੈਂ ਸੜਕ ਦੇ ਦੂਜੇ ਪਾਸੇ ਖੜਵਾ ਆਸੋ ਉਸ ਮੈਂ ਗਲਵੀ ਨੇ ਚਪਤ ਕੇ ਆਪਣੇ ਪਾਸੇ ਛੇਕ ਲਿਆ ਵਾ ਡੇਢ ਗਾਜ਼ ਹੀ ਨਾ ਹੋਇਆ ਹਾਂ ਇਹ ਨਹੀਂ ਗੱਲੇ ਤੇ ਪਾਂਚਾ ਕਿਤਨਾ ਰੱਖਣਾ ਹੈ ਪਾਂਚਾ ਯੂਰੀਆ ਖਾਦ ਗੱਟੂ ਦਨੀ ਜਿੰਨੇ ਇਕਵਾਇਆ ਇਤਨੇ ਇਕ ਰੱਖ ਦੇਣਾ ਕਮੀ ਦੀ ਲੰਬਾਈ ਕਿਤਨੀ ਰੱਖਣੀ ਜਿਤਨੀ ਸੀ ਸਕਦਾ ਬੂਥੇ ਤੇ ਇੰਨੀ ਖਲਵਾ ਦਾ ਨੇਫਾ ਕਿਤਨਾ ਰੱਖਣਾ ਨੇਫਾ ਕਿਹੜਾ ਨੇਫਾ ਜਿੰਦੇ ਵਿੱਚੋਂ ਨਾਲਾ ਪਾਉਣਾ ਹੁੰਦਾ ਹਲਾ ਲਾ ਨਾਲੇ ਦਾ ਤੋ ਥਕਾਮ ਹੀ ਕੋਈ ਨਹੀਂ ਉਹਦੇ ਵਿੱਚੋਂ ਤਾਂ ਸੰਗਲ ਪਾਉਣਾ ਪਾਉਣਾ ਖੁੱਲਾ ਕਿਤਨਾ ਕਰਨਾ ਹੁਣ ਸੰਗਲ ਨਾਲੇ ਪੋਣੀ ਨਾਲ ਤਾਂ ਗਵਿੰਦਾ ਕੋਈ ਨਹੀਂ ਹੱਥ ਜਿਤਨੀ ਚੁੜਾਈ ਰੱਖਦੇ ਹੱਥ ਨਾਲ ਵੀ ਛੱਕ ਪਾ ਦਿਓ ਇਹ ਦੀ ਸਲਾਈ ਕਿਤਨੀ ਲੈਣੀ ਹੈ 10000 ਅੱਲਾ ਦੇ ਬੰਦਿਆ ਸੂਟ ਹੀ ਸੀਣੀ ਕੋਨੂੰ ਤੰਬੂ ਨੂੰ ਗੱਡਾ ਲਾਉਣਾ ਚਾਚੂ ਮੇਰਾ ਸੂਟ ਸੀਪ ਗਿਆ ਨਹੀਂ ਕੋਈ ਨਹੀਂ ਸੀਪਿਆ ਹਾਂ ਸਾਡੇ ਸੀਪੇ ਪੈਨ ਤੂੰ ਰਹਿ ਗਿਆ ਇਹ ਸੂਟ ਚਾਹੀਦਾ ਕਦਣਾ ਇਹ ਸੂਟ ਜਿੰਨਾ ਲੰਮਾ ਚੌੜਾ ਹੈ ਨਹੀਂ ਇਹ ਤੇਰੀ ਪਿਛਲੀ ਉਮਰ ਸਾਰੀ ਸੂਟ ਸੀ ਨਹੀਂ ਲੱਗਣੀ ਅੱਛਾ ਹੁਣ ਇਹ ਦੱਸੋ ਸਾਰਾ ਨਿਜ਼ਾਮ ਸੈੱਟ ਹੋ ਜਾ ਸੀ ਗਿਆ ਇਹ ਹੁਣ ਉਹਦੇ ਨਾਪ ਦੀ ਸਮਝ ਆ ਗਈ ਹੈ ਕੈਸਾ ਮੈਂ ਬਾਬਾ ਜੀ ਮੈਂ ਤੇ ਸਮਝ ਕੋਈ ਆਈ ਕਾਈ ਨਹੀਂ ਵਾਤੇ ਸੌਖਾ ਕੰਮ ਕਰਦੇ ਹਾਂ ਕਿਸੇ ਬੜੋਲੇ ਦਾ ਉਛਾੜਾ ਸੀ ਛੱਡੋ ਉਤੋਂ ਨੂੰ ਗਲਾ ਰੱਖ ਛੱਡ ਸੂਟ ਜਾਣੇ ਤੇ ਗੁੰਦਲ ਜਾਣੇ ਘਰ ਮਖਣਾ